माशाल्लाह जी, चावल साढ़े तैयार हो गया, बड़े जबरदस्त। ओना दी किस्मत है कि वो होते ओना मिलनी सो आप कुछ मिलनी बना रहे हैं पुत्र? एक का चूल्हा बनाया, तेनू रंग भी किया ये होया। मम्मा दली दे काम वेख लो, सवेरे सवेरे ना माँ दी हेल्प करा रहे है जी। है की करता पे? मेरी हेल्प करता पे? ये मैं तो नहीं सटना, तेरी माँ सटना आ गंद। अच्छा, ये पता, तेरी माँ सटना तां वास्ते तू होंदी हेल्प पे कराना, मेरी नहीं करता पे। पट्ठे वगैरह तो मैं पा दिते हैगे, ते इस माज दा ने सिंग टुटिया, ते हुण इहदे विच पाणी पे चलदा, पता नहीं ये की मसला हैगा। कीड़े वगैरह तो नहीं हैगे, उंज पाणी पे चलदा, ते हवेली सारी दा ना सतिया नाश पे होया खड़ा। ਇਹ ਜਿਹੜਾ ਕੱਟਾ ਹੈ ਨਾ, ਇਹ ਬਹੁਤ ਹੀ ਮੇਰੇ ਤੋਂ ਚਾਲੂ ਹੈ। ਇਸ ਦੀ ਵਜ੍ਹਾ ਇਹ ਆ, ਤੁਹਾਨੂੰ ਦਿਖਾਉਣਾ। ਇਹ ਜਿਹੜੀ ਖੁਰਲੀ ਹੈ ਨਾ, ਇਹ ਇੱਥੋਂ ਟੁੱਟ ਗਈ ਸੀ, ਠੀਕ ਹੈ। ਇੱਥੇ ਵੱਡਾ ਜਿਹੜਾ ਨਾ ਲਿਆਂਦਾ ਸੀ ਛੰਡਾ, ਅਤੇ ਉਹਨੇ ਸਾਰੀ ਖੁਰਲੀ ਤੋੜ ਦਿੱਤੀ ਸੀ। ਇਹ ਕੱਟਾ ਵੜ ਗਿਆ ਇੱਥੋਂ ਨਾ ਇੰਜ ਦੀ, ਸਾਰੀ ਖੁਰਲੀ ਦੇ ਵਿੱਚ ਇਹਨੇ ਨਾ ਗੋਬਰ ਕਰ ਦਿੱਤਾ। ਅਤੇ ਇੱਕ ਦਿਨ ਫਿਰ ਮੈਂ ਇਹਨੂੰ ਨਾ ਮਾਰਿਆ ਤਾਂ ਨਹੀਂ ਸੀ, ਵੈਸੇ ਹੀ ਇਹਨੂੰ ਨਾ ਥੋੜ੍ਹਾ ਜਿਹਾ ਝਿੜਕਿਆ ਸੀ, ਤਾਂ ਉਸ ਦਿਨ ਤੂੰ ਐਡਾ ਚਾਲੂ ਹੋ ਗਿਆ ਨਾ, ਅੱਗੇ ਅੱਗੇ ਲੱਗ ਕੇ ਭੱਜਾ ਹੀ ਫਿਰਦਾ, ਭੱਜਾ ਫਿਰਦਾ, ਮੇਰੇ ਕੋਲ ਨਹੀਂ ਖਲੋਵਣ ਜੋਗਾ। ਅਤੇ ਸ਼ਾਮ ਨੂੰ ਜਿਹੜਾ ਨਾ ਅਸਾਂ ਇਹ ਸਾਰਾ ਬਾਲਣ, ਉਹ ਅੰਦਰੋਂ ਜਿਹੜੀਆਂ ਨਾ ਬਕੈਣਾ ਸੀਗੀਆਂ, ਉਹ ਸਾਰੀਆਂ ਕੱਟ ਕੇ ਤੇ ਲਿਆ ਇੱਥੇ ਸੱਟਿਆ ਸੀ, ਕੁਝ ਉਹ ਉੱਥੇ ਸੱਟ ਦਿੱਤਾ, ਅਤੇ ਬਾਕੀ ਇਹਦੀ ਸਫਾਈ ਵਗੈਰਾ ਜਿਹੜੀ ਹੈ ਨਾ ਉਹ ਇੱਥੋਂ ਕਰ ਦਿੱਤੀ ਸੀ, ਅਤੇ ਬਾਹਰੋਂ ਕੁਝ ਰਹਿੰਦੀ ਸੀ ਜਿਹੜੀ ਉਹ ਬੇਗਮ ਸਾਹਿਬਾ ਹੁਣ ਕਰ ਰਹੀ ਨੇ। ਅਤੇ ਅੱਜ ਜਿਹੜਾ ਨਾ ਇਹਨਾਂ ਦਾ ਉੱਥੇ ਮੁਰੱਬੇ ਕੰਮ ਕੋਈ ਨਹੀਂ ਹੈਗਾ, ਇੱਥੋਂ ਵਗੈਰਾ ਸਫਾਈ ਵਗੈਰਾ ਸਾਰੀ ਇਹਨੇ ਕਰ ਲਈ ਹੈ। ਅੱਜ ਜਿਹੜਾ ਨਾ ਤੁਹਾਡਾ ਡੇਰੇ ਕੰਮ ਕੋਈ ਨਹੀਂ ਹੈਗਾ, ਮੈਂ ਜਿਹੜਾ ਨਾ ਉਹ ਬੂਟੇ 'ਚ ਪੱਟ ਕੇ ਲਿਆਉਣੇ ਆ, ਅਤੇ ਹੋਰ ਵੀ ਕੋਈ ਕੰਮ ਥੋੜ੍ਹਾ ਬਹੁਤਾ ਹੈਗਾ। ਅੱਜ ਤੂੰ ਘਰਦਾਰੀ ਸਾਰੀ ਸੰਭਾਲ, ਅੱਜ ਤੈਨੂੰ ਛੁੱਟੀ ਹੈ, ਜੋ ਵੀ ਬਣਾਉਣਾ ਨਾ ਤੂੰ ਅੱਜ ਸਾਰਾ ਕੰਮ ਆਪਦਾ ਗਰਦ ਸੰਭਾਲ ਲੈ। ਅਤੇ ਜਿਹੜਾ ਨਾ ਫਿਰ ਮੈਂ ਆਉਂਦਾ, ਅਤੇ ਆਪਾਂ ਅੱਜ ਜਿਹੜਾ ਨਾ ਚਾਵਲ ਪਕਾਉਣੇ ਨੇ ਇਨਸ਼ਾਅੱਲਾ ਤਾਲਾ, ਜਿਹੜੇ ਨਾ ਉਹ ਵੀ ਚਿੱਟੇ ਚਾਵਲ, ਸਫੈਦ ਚਾਵਲ, ਸਫੈਦ ਪਕਾਉਣੇ। ਉਹਨਾਂ ਦੀ ਵਜ੍ਹਾ ਇਹ ਕਿ ਜਿਹੜੇ ਨਾ ਲਾਲ ਮਿਰਚਾਂ ਪਕੋ ਨਹੀਂ ਪਾਉਣੀਆਂ, ਤੈਨੂੰ ਮੈਂ ਦੱਸੇ ਸਾ ਕਿਸ ਤਰ੍ਹਾਂ ਪਕਾਉਣੇ ਨੇ, ਬੜੇ ਮਜ਼ੇਦਾਰ ਬਣ ਸੇ। ਕਹਿਣਾ ਛਾਂਗੀਆਂ ਸੀਗੀਆਂ, ਅਤੇ ਇਹਨਾਂ ਦੇ ਥੱਲੇ ਵੇਖੋ ਸਾਰਾ ਗੰਦ ਮੱਚਿਆ ਪਿਆ ਹੈਗਾ। ਅੱਜ ਬੇਗਮ ਹੋਰਾਂ ਦੀ ਇੱਥੇ ਸਾਰੀ ਡਿਊਟੀ ਲੱਗ ਗਈ ਆ, ਅਤੇ ਇਹਨਾਂ ਨੇ ਸਫਾਈ ਵਗੈਰਾ ਕਰਨੀ ਆ, ਬਾਕੀ ਘਰ ਦਾ ਕੰਮ ਸੰਭਾਲਣਾ, ਅਤੇ ਮੈਂ ਜਿਹੜਾ ਕੰਮ ਕਾਜ ਕੀਤਾ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ ਸ਼ੇਅਰ ਕਰਾਂਗਾ। ਰੱਬੇ ਮੈਂ ਪਹੁੰਚ ਆਇਆ, ਅਤੇ ਬਾਕੀ ਇਹ ਜਿਹੜਾ ਬੰਨਾ ਹੈਗਾ ਨਾ ਇਹ ਸਾਰਾ, ਇਹ ਦੇਖੋ ਜੀ, ਇੱਥੋਂ ਕਾਫੀ ਯਾਨੀ ਕਿ ਨਾ ਨੀਵਾਂ ਹੈਗਾ ਸੀ, ਅਤੇ ਇਹਦੇ ਉੱਤੇ ਹੈ ਸਾਰੀ ਮਿੱਟੀ ਮੋਣ ਲਗਾ ਰਿਹਾ, ਇਹ ਵਿੱਚੋਂ ਪਾਣੀ ਦੇ ਪੱਟ ਪੱਟ ਕੇ ਨਾ ਇਹਦੇ ਉੱਤੇ ਲਗਾ ਰਿਹਾ, ਅਤੇ ਬਾਕੀ ਜਿਹੜਾ ਨਾ ਇਹ ਸਾਰਾ ਇੰਜ ਤੋੜ ਕਰਨਾ ਹੈਗਾ, ਅਤੇ ਕੁਛ ਜਿਹੜੇ ਹੈਗੇ ਨਾ ਇਸ ਬਾਗ ਦੇ ਵਿੱਚੋਂ ਲੈ ਕੇ ਜਾਣੇ ਨੇ ਸੁੱਕੇ ਹੋਏ ਬੂਟੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ, ਦਿਖਾਉਂਦੇ ਹਾਂ ਤੁਹਾਨੂੰ। ਅਤੇ ਇਹ ਕੰਮ ਹੁਣ ਮੈਂ ਕੰਪਲੀਟ ਕਰ ਰਿਹਾ। ਇੱਥੇ ਮੈਂ ਜਿਹੜਾ ਨਾ ਆਪਣੀ ਵਾਇਸ ਯਾਨੀ ਕਿ ਉੱਥੇ ਨਹੀਂ ਲਗਾ ਸਕਿਆ ਸੀ, ਅਤੇ ਵਾਇਸ ਓਵਰ ਮੈਨੂੰ ਕਰਨੀ ਪੈਂਦੀ ਪਈ ਆ, ਅਤੇ ਇੱਥੇ ਜਿਹੜਾ ਨਾ ਸਾਹਮਣੇ ਖਲੋਤਿਆ ਇਹ ਮੇਰਾ ਨਾਇਕ ਸਾਹਿਬ ਹੈਗਾ, ਅਤੇ ਇਹ ਜਿਹੜਾ ਖਲੋਤਿਆ ਡਰਾਈਵਰ ਆ ਸਾਡਾ, ਜਿਹੜਾ ਨਾ ਟਰੈਕਟਰ ਦਾ ਵੀ ਗੱਡੀ ਦਾ ਨਾਇਕ ਸਾਹਿਬ ਹੋਰਾਂ ਦਾ, ਅਤੇ ਜਿਹੜਾ ਨਾ ਭਤੀਜਾ ਮੇਰਾ ਉਹ ਕੈਮਰਾਮੈਨ ਬਣਿਆ ਹੋਇਆ ਸੀਗਾ।
रहमान रहीम अस्सलाम वालेकुम ते की हाल चाल ने मेरे भैन भाइयों के। तो उम्मीद करना तुस सारे ठीक ठाक हो। तो मैं दुआ करना कि मेरे भैन भाई जिथे जिथे सानू देख रहे हैं अल्लाह पाक सारे नू तंदुरुस्त रखे, खुश खुरम रखे, शादो आबाद रखे। तो आज जिहड़ा तुसीं देख रहे हो ओ पत्रां वाला जिहड़ा बालण आ ना, वो मैं हुण यानी कि ना उत्थों लैके आया मुरब्बियों। तो होर भी काफ़ी सारा काम जिहड़ा है गया वह भी तुहाडे नाल शेयर किया सारा काम काज। तो हुण जिहड़ा मैं घर आ गया तो बेगम नू कहा सी कि जिहड़ा ना वाइट पुलाओ पकाने अज, तो देखने आ की ओहदे वास्ते ओनू दरकार है, देखने आ की कुछ। बेगम होरी लगता है जिहड़ा ना मसाले मसूले कुटदे पे आ, की कुछ है इहदे विच? अदरक और दुआ मर्चा। अच्छा, अस्सलामुअलैकुम भाण भाइयो, कैसे हो? ठीक ठाक हो? ते जड़ा ना होर एदे की वगैरा मेरे को पा दिता हो, प्याज आ, बाकी सारा ये आलू मटर है। आलू मटर, आलू तो मोटे नहीं कट्टे? नहीं मोटे सही है। मसाला थोड़ा बरीक कर लवे, बरीक हो जाते हैं। जरा ना लाल मिर्चा नहीं पानी है, बेशक थोड़ी मिर्चा और पा लड़ा ना, सफेद सफेद चावल हो। मैं जरा ना कपड़े चेंज कर लवा ताकि जरा ना मैं नमाज भी पढ़नी है, तो कपड़े तो मेरे सारे फट गए। तो मम्मा दली की कर रहा है? मिट्टिया नाल खेडी जा रहा है जी सर्दी दे विच। ओ की बनाया पुत्र? मम्मा दली ने जी है खिडौने बनाए, तो खिडौने हुण बनाने कोई नहीं आ रहे, खिलौने सारे बना रहे ते लेकिन हुण बनाने नहीं आ रहे। ए पता नहीं चूल्हा बनाया सू, बाकी है होर चीज़ा दी जाच कोई नहीं हैगी, ते खिलौने दा शौक बड़ा रखदा। तड़का ला के जी, ते हुण आलू ते मटर, आलू मटर ही बस पाने, गाजू ते मटर जी पा दिते गया, ते नमक और पा रही है बस इन्ना ठीक है। बेगम ने कभी पकाए नहीं ना है गए, ते वो फिर नमक वास्ते, ते बाकी मैं कभी कभी पका लेंदा उन्ना उस मुताबिक जरा ना थोड़ा जो और पा, ज्यादा ना पावे। मैं इस तरह कभी पकाए नहीं ना, बस सही है इतना कि बड़ा फिर चेक कर लवे ना, जिस टाइम थोड़ा जो पक जान ना उदो चेक कर लो, उबाला जो दुआ लवे ठीक है ना। तो हुण तू इस तरह करना ना जरा ना, जिन्हें तू चावल पाए आ उस तू डबल तू पानी पा देना, तीन कौलियां बढ़िया। हाँ तीन कौलियाँ तो बल्कि तू इंज करना है, दो कौलियाँ होर बस पानी पा देना जिस टाइम इनू ना उबाला आ जाए। आ गया अगे कि पानी पाया, एक होर कौली पा दे बस। ते बेगम नू मैं ना पहले कदी नहीं तू इस तरह पकाए, कदी पकाए नहीं ना ता पर पिया नहीं। ते बाकी जड़ा ना चावल ही मैंने विच हुण पा दे चावल भी, ते जड़ा ए मसाला हैगा ना, मसाला जरा है ये बिच मिक्स करके ना चावल, तो फिर तू मसाला भी पा देना। ये मेरी माँ ने मैनू समझाया सी सारा तरीकाकार, ते फिर सिखाना पौंदा है ना। अगे ही तो मैं दुए पकांदी होनी आ मर्चा लून वाले। हाँ तो फिर ये तेन ही पता सी, लेकिन ये भी ये उस तरह सेम तरीका, लेकिन उनके मिर्चा जड़िया होंगे वो लाल होंगे है, तो इनके तो सिर्फ सबज मिर्चा पानी, तरीका सेम ही है लेकिन थोड़ा जा अलग है। बस हम मिक्स हो गए, तो बिच हम मसाला भी पा दे। असी तो जी अपने तरीके पा रहे हैं, तो बाकी किसी भैन भाई अगर मतलब ये तरीका पसंद है तो ठीक है, नहीं तो सानू अपने तरीके भी दस सकता है, क्योंकि असी जो मिडल क्लास लोग आ ना सानू इतना तरीकाकार नहीं आता है, तो तुम सानू इस तरीके नाल गाइड कर सकते हो। नमक मैं ना मैं चखिया पूरा है ठीक है, मैं वो अली को थोड़ा जा आलू और निकाल के दिते ना उन्दे विच चखिया है, ये जड़े आलू चारा बाले में खाना वेट। माशाल्लाह कितने प्यारे बने ले ना, पहली बारी वैसे मैं भी पकवा रहा ते हुण हुण दम लगाना। हां दम लगाना, दम ला दे जड़ा ना, मैं भी फिर काम से काफ़ी जाना, तो तेरा भी काम मैं ना अजय ढेर सारा है। इस तरह दम लगा दिता जैसी दिखे रहो भाई, ये कपड़ा गिल्ला नहीं करी ला? नहीं गिल्ला नहीं करी, दम भी लग गया जी,
ਉੱਤੇ ਹੁਣ ਤਵਾ ਰੱਖਿਆ ਜਾਸੀ ਉੱਤੇ ਵਜ਼ਨ ਰੱਖਿਆ ਜਾਸੀ ਕੀ ਇੱਟ ਇੱਟ ਰੱਖ ਸਕੇ ਐਵੇਂ ਐਵੇਂ ਸਹੀ ਉਹਨੇ ਹੋ ਜਾਣਾ ਦਮ ਲਓ ਜੀ ਦਮ ਵੀ ਲੱਗ ਗਿਆ ਮਾਸ਼ਾਅੱਲਾ ਜੀ ਚਾਵਲ ਸਾਡੇ ਤਿਆਰ ਹੋ ਗਿਆ ਬੜੇ ਜ਼ਬਰਦਸਤ ਕਿਸਮ ਦੇ ਅਤੇ ਮੈਂ ਵੀ ਜਿਹੜਾ ਨਾ ਇਹ ਕਿਸੇ ਨੂੰ ਵੇਖ ਕੇ ਅਤੇ ਪਕਵਾਏ ਹੈਗੇ ਬਾਕੀ ਮੈਨੂੰ ਵੀ ਇਹਨਾਂ ਦਾ ਖਾਬ ਖਿਆਲ ਕੋਈ ਨਹੀਂ ਆਏਗਾ ਸੀ ਠੀਕ ਹੈ ਨਾ ਅਤੇ ਬੜੇ ਹੀ ਪਿਆਰੇ ਬਣੇ ਆ ਚਾਵਲ ਪਹਿਲੀ ਦਫ਼ਾ ਅਸੀਂ ਬਣਾਏ ਆ ਚਾਵਲ ਜੀ ਪਾਏ ਜਾ ਰਹੇ ਆ ਅਤੇ ਜਿਹੜੀਆਂ ਨਾ ਪਰਾਤ ਇਸਤੇਮਾਲ ਕੀਤੀ ਜਾ ਰਹੀ ਕਿਉਂਕਿ ਜਿਹੜਾ ਨਾ ਇਹਦੇ ਵਿੱਚ ਜਲਦੀ ਠੰਡੇ ਹੋ ਜਾਂਦੇ ਆ ਅਤੇ ਬਾਕੀ ਸਾਡੇ ਆ ਪੁਰਾਣੇ ਵੀ ਦੇਖ ਲਓ ਬੈਠੇ ਹੋਏ ਆ ਇਹਨਾਂ ਵੀ ਖਾਣੇ ਹੈਗੇ ਚਾਵਲ ਹਾਂ ਇਹ ਚਾਵਲ ਵੀ ਵੈਸੇ ਖਾ ਲਈ ਹੈਗੀਆਂ ਬਿੱਲੀਆਂ ਨਾਲ ਚਾਵਲ ਵੀ ਪਾ ਲਏ ਥੋੜ੍ਹੇ ਜਿਹੇ ਮੰਗਦੀਆਂ ਪਈਆਂ ਵਿਚਾਰੀਆਂ ਬਿੱਲੀਆਂ ਚਾਵਲ ਵੀ ਚਾਵਲ ਵਗੈਰਾ ਖਾ ਲਿਆ ਸੀ ਅਤੇ ਚੌਧਰੀ ਸਾਹਿਬ ਤੁਸੀਂ ਦੱਸੋ ਮੇਰੇ ਨਾਲ ਜਾਣਾ ਕਿ ਮਾਂ ਨਾਲ ਮਾਮਾ ਨਾਲ ਚੰਗਾ ਤੁਸੀਂ ਉਹ ਜਿਹੜਾ ਨਾ ਤੂੰ ਨਾਲ ਚਲਾ ਜਾ ਕਿਉਂਕਿ ਮੈਂ ਪਾਣੀ ਲਗਾਉਣਾ ਅਤੇ ਤੂੰ ਮਾਂ ਦੇ ਨਾਲ ਹੀ ਬਿਹਤਰ ਹੈ ਚਲਾ ਜਾ ਗਲਾਸ ਲੈ ਲਿਆ ਕਰ ਪੁੱਤਰ ਗਲਾਸ ਵਿੱਚ ਪਾਣੀ ਪੀਤਾ ਕਰ ਬਿੱਲੀਆਂ ਨੂੰ ਉੱਥੇ ਪਾ ਦਿੱਤੇ ਹੈਗੇ ਸੀ ਚਾਵਲ ਜਿਹੜਾ ਨਾ ਵੱਡੀ ਬਿੱਲੀ ਜਿਹੜੀ ਆ ਉਹ ਚਲੀ ਗਈ ਆ ਉੱਧਰ ਖਾ ਕੇ ਆਪਣੇ ਅਤੇ ਉਹ ਛੋਟੀਆਂ ਖਾ ਰਹੀ ਆ ਉਹਨਾਂ ਨੂੰ ਵੀ ਭੁੱਖ ਲੱਗਦੀ ਹੈ ਉਹਨਾਂ 'ਚ ਵੀ ਜਾਨ ਹੈਗੀ ਹੁਣ ਮੈਂ ਤਾਂ ਜਿਹੜਾ ਨਾ ਚੱਲਿਆ ਪਾਣੀ 'ਤੇ ਬੇਗਮ ਹੋਰੀ ਆਪਣੀ ਕੋਚ ਜੋ ਰਹੀ ਹੈ ਅਤੇ ਇਹਨਾਂ ਲੈ ਕੇ ਆਉਣੇ ਆ ਜੀ ਪੱਠੇ ਕਿਉਂਕਿ ਸਾਨੂੰ ਦੋਵਾਂ ਜੀਆਂ ਨੂੰ ਆਰਾਮ ਕੋਈ ਨਹੀਂ ਹੈਗਾ ਮੰਮਾ ਦਲੀ ਆਪਣਾ ਫੁੱਟਬਾਲ ਲੈ ਕੇ ਉੱਤੇ ਬਹਿ ਗਿਆ ਪੈਸਿਆਂ ਨੂੰ ਕੀ ਕਰਨਾ ਹੈ ਸ਼ਾਇਦ ਕਿਹੜੀ ਲੈਣੀ ਪੈਸੇ ਨਾ ਹੋਏ ਤਾਂ ਫਿਰ ਹੈ 100 ਰੁਪਈਏ ਤੂੰ ਘੱਟ ਨਹੀਂ ਲੈਣੇ ਲੱਖਾਂ ਵੇਖੋ 100 ਰੁਪਈਆ ਲੈਣਾ 100 ਤੂੰ ਘੱਟ ਵੀ ਨਹੀਂ ਲੈਣੇ ਹੈਗੇ ਜਿਹੜਾ ਮੈਂ ਇੱਦਾਂ ਉਹਨੂੰ ਹੁਣ ਮੋੜ ਲਿਆ ਅਤੇ ਇਹ ਜਿਹੜਾ ਜਾ ਰਿਹਾ ਇਹਦੇ ਅੱਗੇ ਲਾ ਦਿੰਦਾ ਟੱਕਣ ਇੱਧਰੋਂ ਬੰਦ ਹੋ ਜਾਵੇ ਸਹੀ ਹੋ ਗਿਆ ਇੱਧਰ ਨੂੰ ਜਿਹੜਾ ਮੈਂ ਲੈ ਕੇ ਜਾਣਾ ਬਾਗ ਨੂੰ ਲਾਉਣਾ ਹੈਗਾ ਪਾਣੀ ਉਹ ਮੇਰੀ ਬਾਈਕ ਖਲੋਤੀ ਹੈਗੀ ਗੰਨੇ ਦੀ ਫਸਲ ਹੈਗੀ ਅਤੇ ਮਾਸ਼ਾਅੱਲਾ ਗੰਨਾ ਵੀ ਬਹੁਤ ਹੀ ਜ਼ਬਰਦਸਤ ਹੈਗਾ ਅਤੇ ਇਸ ਸਾਈਡ 'ਤੇ ਵੀ ਹੈਗੇ ਗੰਨੇ ਦੀ ਫਸਲ ਅਤੇ ਇਸ ਸਾਈਡ 'ਤੇ ਵੀ ਅੱਗੇ ਬਾਕੀ ਦੂਸਰੀਆਂ ਫਸਲਾਂ ਹੈਗੀਆਂ ਇਹਨਾਂ ਦੇ ਵਿੱਚੋਂ ਬੀਚ ਨਾਲਾ ਜਾਂਦਾ ਉਹ ਬਾਗ ਦੀ ਤਰਫ ਉੱਥੇ ਪਾਣੀ ਲਗਾਉਣਾ ਹੈਗਾ ਪਾਣੀ ਮੈਂ ਬੰਨ ਕੇ ਆ ਗਿਆ ਸੀ ਅਤੇ ਜਿਹੜਾ ਪਾਣੀ ਮੇਰੇ ਪਿੱਛੇ ਪਿੱਛੇ ਆ ਰਿਹਾ ਬੈਕ 'ਤੇ ਮੈਂ ਅੱਗੇ ਅੱਗੇ ਜਾ ਰਿਹਾ ਬਾਕੀ ਇਹ ਫਸਲਾਂ ਤੁਸੀਂ ਦੇਖੋ ਹਰਿਆਲੀ ਹਰਿਆਲੀ ਅਤੇ ਇਸ ਬਾਗ 'ਚ ਪਾਣੀ ਲੈ ਕੇ ਆਉਣਾ ਹੈਗਾ ਠੇਕੇਦਾਰ ਆਪਣੇ ਕੰਮ ਲੱਗੇ ਹੋਏ ਹੈਗੇ ਮਾਲ ਖੋ ਰਿਹਾ ਜਿਹੜਾ ਨਾ ਉਹ ਅੱਗੇ ਲੈ ਕੇ ਜਾਣਾ ਸੀਗਾ ਅਤੇ ਉਸ ਦੀ ਵਜ੍ਹਾ ਇਹ ਬਣੀ ਆ ਕਿ ਉੱਥੇ ਉਹਨਾਂ ਜਿਹੜਾ ਨਾ ਆਪਣੇ ਮਾਲਟੇ ਵਗੈਰਾ ਰੱਖੇ ਹੋਏ ਹੈਗੇ ਕੱਟ ਕੇ ਅਤੇ ਕਾਫੀ ਸਾਰੀ ਉਹਨਾਂ ਨੂੰ ਦੇਰ ਲੱਗ ਜਾਣੀ ਆ ਅਤੇ ਇਸ ਵਜ੍ਹਾ ਤੋਂ ਯਾਨੀ ਕਿ ਨਾ ਮੈਂ ਜਿਹੜਾ ਨਾ ਇਸ ਬਾਗ ਨੂੰ ਲਗਾ ਦਿੱਤਾ ਹੋਇਆ ਪਾਣੀ ਅਤੇ ਮੈਨੂੰ ਛੱਡ ਦਿੱਤਾ ਇੱਥੋਂ ਅਤੇ ਉਹ ਜਿਹੜਾ ਨਾ ਉਹਨਾਂ ਨੂੰ ਕਾਫੀ ਦੇਰ ਲੱਗ ਜਾਣੀ ਹੈ ਸੀ ਤਾਂ ਵਾਸਤੇ ਫਿਰ ਸਾਨੂੰ ਮਜਬੂਰਨ ਹੈ ਪਿਆਣਾ ਪੈ ਗਿਆ ਪਿਆਣਾ ਤੁੰਜ ਇਹ ਵੀ ਆਇਆ ਸੀ ਲੇਕਿਨ ਗੱਲ ਇਹ ਆ ਕਿ ਉਹ ਪਹਿਲੇ ਪਿਆਣਾ ਸੀਗਾ ਹੁਣ ਜੇ ਅਗਰ ਉਹਨਾਂ ਟਾਈਮ ਨਾਲ ਆਪਣਾ ਮਾਲ ਕੁੰਝ ਲਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਨੂੰ ਲੱਗਾ ਰਹੇਗਾ ਇਹ ਜਿਹੜਾ ਨਾ ਪਾਰ ਕੇ ਫਿਰ ਕਿਸ ਪਾਸੇ ਪਾਣੀ ਲਾਵਾਂਗੇ ਸਾਡੇ ਜਿਹੜਾ ਨਾ ਠੇਕੇਦਾਰਾਂ ਦਾ ਇਹ ਕਹਿਣਾ ਸੀਗਾ ਅਤੇ ਜਿਹੜਾ ਨਾ ਬਾਗ ਦੇ ਠੇਕੇਦਾਰ ਹੈਗੇ ਨੇ ਜਿਹਨਾਂ ਬਾਗ ਮੇਰੇ ਮਾਲਕਾਂ ਨੇ ਦਿੱਤਾ ਹੋਇਆ ਹੈਗਾ ਕਹਿੰਦੇ ਪਾਣੀ ਤੁਸੀਂ ਜਿਹੜਾ ਨਾ ਟਾਈਮ ਨਾਲ ਨਹੀਂ ਲਗਾਉਂਦੇ ਅਤੇ ਦੂਸਰਾ ਜਿਹੜਾ ਨਾ ਪਾਣੀ ਤੁਸੀਂ ਥੋੜ੍ਹਾ ਲਗਾਉਂਦੇ ਹੋ ਜਿਹੜਾ ਨਾ ਉਹਨਾਂ ਦਾ ਮਾਲ ਕਾਫੀ ਸਾਰਾ ਕਿਰਿਆ ਪਿਆ ਹੈਗਾ ਥੱਲੇ ਉਹ ਤੁਹਾਨੂੰ ਦਿਖਾਉਂਦੇ ਹਾਂ ਚੱਲ ਕੇ ਜਿਹੜਾ ਨਾ ਉਹਦੀ ਵਜ੍ਹਾ ਕੀ ਹੈਗੀ ਅਤੇ ਕੀ ਮਸਲਾ ਉਹਨੂੰ ਬਣਿਆ ਮਾਲ ਨੂੰ ਮਤਲਬ ਕਿਉਂ ਕਿਰ ਗਿਆ ਪਾਣੀ ਦੀ ਵਜ੍ਹਾ ਤੋਂ ਤਾਂ ਕਦੀ ਮਾਲ ਨਹੀਂ ਕਿਰਿਆ ਹੈਗਾ ਕਿਉਂਕਿ ਹੁਣ ਸਰਦੀ ਆ ਸਰਦੀ ਦੇ ਵਿੱਚ ਸੋਕਾ ਤਾਂ ਥੋੜ੍ਹਾ ਬਹੁਤਾ ਹੀ ਲੱਗਦਾ ਜੇ ਲੱਗੇ ਤਾਂ ਉਹ ਤੁਹਾਨੂੰ ਹੁਣ ਦਿਖਾਉਂਦੇ ਹਾਂ ਕਿ ਕੀ ਵਜ੍ਹਾ ਹੈਗੀ ਇਹ ਦੇਖੋ ਨਾ ਇੱਥੇ ਵੀ ਕਿਰਿਆ ਪਿਆ ਹੈਗਾ ਇੱਧਰ ਤਾਂ ਢੇਰ ਲੱਗੇ ਪਿਆ ਨਾ ਇਹ ਦੇਖੋ ਇਹ ਸਾਰਾ ਯਾਨੀ ਕਿ ਨਾ ਇਹਦੀ ਦੋ ਵਜ੍ਹਾ ਹੈਗੀਆਂ ਇੱਕ ਤਾਂ ਸਰਦੀ ਕਾਫੀ ਹੈਗੀ ਅਤੇ
दूसरा जड़ा है ना, आज जुमे रात है वैसे ते साढ़े ना इत्थे नेड़े मस्जिद हैगी तो उत्थे बोल भी बोल रहा। ऐ देखो सारा यानी कि ना किरिया पे आएगा। इसकी वजह तुहानू मैं बयान करना कि वजह की हैगी, एक तो सर्दी काफ़ी है, दूसरा मक्खी का हमला, ये डंग लगे हुए है ना इनू होना। देखो मैं अजे हाथ च फड़िया ही हैगा तो वो मेरे हाथ च ही आ गया टुट के। इस तरह होंगे जिनू डंग लगता है सज्जा वो टुट के थले डिग पैंदा। इसकी वजह यह हैगी जो उन्होंने किस्मत हैगी तो उन्होंने मिलनी सो मिलनी है, लेकिन जो मक्खी का हमला है ना उन्हें तो साडा कोई कंट्रोल नहीं हो सकता है, वो इन्होंने जिम्मे होंगे अपना। अगर कोई दवाई वगैरह होंगी शायद वो लगा दी जाए ना तो फिर उन्हें मक्खी तो कंट्रोल किया जा सकता है, लेकिन लोग आप खुद एहतियात नहीं करते हैं तो फिर इतराज आ जाता है जी साढ़े उत्ते। वजह इसकी यह है सी जड़ा ना सर्दी नाल भी काफ़ी कमज़ोर हो जाता माल, लेकिन सारी वजह जी मक्खी हैगी। मक्खी का जो डंग लगता है वो थोड़ी देर बाद कमज़ोर हो जाता है, दाना टूट के थले डिग पैंदा, सारी वजह वो बली हुई हैगी। ठेकेदार का फस गया रक्षा, वजन उन्हें काफ़ी ला दिता हो उत्ते, इस वजह तो वजन वाह वाह ला दिता ना तो वास्ते जगह बना लैन, वाह वाह अगो ऐनी भी कर लैन धक्का लगा के हमने लो कड़न लगे। चलो भी नाले इतने तो बड़ा जोर लगेगा, निकल गया बड़ा औखा कटिया जी, जोर ला ला के मेरी तो बिना पटी गई, शाम पै गई हूँ जी। ओए होए ये देखो जी काफ़ी जी सारी जन बह गया सी रक्षा उन्होंने बेचारे का, जुलम करते बेचारे किन्ना वजन उत्ते लद लेते। मैं पहुँच आया हूँ घर तो शाम पै गई, नेरा हो गया, बेगम और पट्ठे लैके आ गया, बाकी मैं कुछ दे दस ले लाया पट्ठे पुट्ठे और वाह चेयर लग गया बढ़ दे। अच्छा अम्मी और आदा ना दो तीन दफा फोन आया दे भी ते होण भी उन्ना दी को तबीयत खराब हैगी ते जाके ना उठू कोई दवाई शवाई लेके देनी है ते इनु कपड़े कुपड़े पा ले ना चलो चलने आ मोड़। आहो तो मोटरसाइकिल की लाइट भी खराब हैगी, साज साहब नूं पुछ लो जे तो मिल गया तो ठीक है, नहीं तो फिर इनकी लाइट ठीक कर ले। तो हुण तुसा कोई खाणी पीनी हैगी कि नहीं? असीं हुण कुछ भी नहीं खाणा, बस दुध लैणा, चाह दा कप दो पीणे, बस दुध फिर लै आला ते चाह पी के। हाँ दुध तो हुण चोणा है सच। हाँ जी भुख लगी है बब्बा दली, भुख भी लग पी ते चावल दे छड्डो गरम करके ना चावल दे छड़, चावल नहीं खाने रोटी खाने, चल इन रोटी फिर पका दे चेर होया कल चावल, चल इन चावल गरम करके दे दे फिर बाज बज जी चोर है ते बाकी जरा बाज तपती भी बड़ी हैगी। ऐसे पट्ठे लाई जाली अच्छा कुतरने नहीं है पुणे कुतरने और दम्मी बिजली ना होवे तो मन वखो फेंक लंदा अच्छा ना कुतरंदा ते होल नहीं ठड्डे है होल भी तो ठड्डे है होणे तत्ते ता बंदा ला लवे ओ बेहतर नहीं सही है जिवे लंदा होवे लावे लाग। चलो सही है भी सही, अब मैं तो दे माच चोवन लाग पिया सु मोर ता वास्ते अपा शायद ना मिले उदू है। चलो।
ਤੇ ਦਿਨ ਦਰ ਮੈਨੂੰ ਦੋ ਤਿੰਨ ਦਫਾ ਫੋਨ ਆ ਚੁੱਕਿਆ ਹੈ, ਅੰਮੀ ਹੋਰਾਂ ਦੀ ਨਾ ਤਬੀਅਤ ਖਰਾਬ ਹੈਗੀ, ਤੇ ਮੈਂ ਜਿਹੜਾ ਨਾ ਚੌਧਰੀ ਦੇ ਨਾਲ ਆਸੂ, ਤੇ ਉਹਨੇ ਯਾਨੀ ਕਿ ਨਾ ਆਪਣੇ ਕੰਮ ਵਿੱਚ ਹੀ ਲਾਈ ਰੱਖਿਆ, ਫਿਰ ਨਹੀਂ ਟਾਈਮ ਮਿਲਿਆ, ਤੇ ਮੈਂ ਆਖਿਆ ਚਲੋ ਹੁਣ ਹੋ ਆਉਂਦੇ, ਪਤਾ ਕਰ ਆਉਂਦੇ ਹਾਂ, ਦਵਾਈ ਸ਼ਵਾਈ ਲੈ ਕੇ ਦੇ ਆਉਂਦੇ ਹਾਂ। ਤੇ ਠੀਕ ਹੈ ਚੱਲਦੇ ਹਾਂ, ਅਲੀ ਨੇ ਪਾ ਲਏ ਕੱਪੜੇ ਸਾਰੇ, ਹੋਰ ਇਹਨੇ ਕੁਛ ਪਾਣੀ ਹੈ, ਕੁਛ ਪਾਉਣੀ ਨਹੀਂ ਇਹਦੇ ਉੱਤੇ ਹੁਣ, ਹੈ ਨਾ ਅਲੀ, ਕੁਛ ਪਾਣੀ ਉੱਤੇ, ਹੋਰ ਅਲੀਆ ਹੋ ਗਈ ਤਿਆਰੀ ਮੁਕੰਮਲ। ਅੱਛਾ ਤੇ ਇਹ ਜੈ ਨਮਾਜ਼ ਜਿਹੜਾ ਨਾ ਇੱਕ ਇਹ ਅੱਬੂ ਵਾਸਤੇ ਚਾਲ ਆ, ਤੇ ਬਾਕੀ ਮੇਰੇ ਦਸਤਾਨੇ ਔਰ ਮਿਲ ਜਾਂਦੇ, ਦਸਤਾਨੇ ਹੋ ਗਏ, ਜੁਰਾਬਾਂ ਵੀ ਪਾ ਲਵਾ, ਜੁਰਾਬਾਂ ਹੀ ਪਾਲ ਪਾ ਠੜ ਗਿਆ, ਚਲੋ ਜੁਰਾਬਾਂ ਹੀ ਪਾ ਲਈਆਂ ਬਸ, ਹੋਰ ਤੇ ਮੈਂ ਕੋਈ ਸ਼ਾਇਦ ਪਾਣੀ ਜੁੱਤੀ ਦੇ ਵਿੱਚ ਇਸੇ ਤਰ੍ਹਾਂ ਜੁਰਾਬਾਂ ਹੀ ਪਾ ਲੈਣਾ, ਤੇ ਚਾਦਰ ਉੱਤੇ ਕਰ ਲੈਣਾ, ਟੋਪੀ ਤੇ ਕਹੋ ਪਈ ਹੈਗੀ, ਉਹ ਪਈ ਹੈ, ਉਹ ਅਲੀ ਨੂੰ ਕਰਵਾ ਲੈਣਾ, ਅਲੀ ਨਹੀਂ ਮੇਰੀ ਕਰਦਾ, ਖੈਰ। ਅਲੀ ਦੋ ਕੀਤੀਆਂ ਹੋਈਆਂ ਟੋਪੀ। ਅੱਛਾ ਕੀ ਇਨਸ਼ਾ ਅੱਲਾ ਤਾਲਾ ਕਈ ਕਮਾਈ ਟੋਪੀ ਕਰਾ ਜ਼ਿੰਦਗੀ ਰਹੀ, ਤੇ ਫਿਰ ਕੱਲ ਲਈ ਮੁਲਾਕਾਤ ਹੋਵੇਗੀ, ਹੁਣ ਚੱਲੇ ਆ ਬੇਬੂਰਾਂ ਲੈ ਜਾ ਕੇ ਉਹਨਾਂ ਦਾ ਹਾਲ ਵਾਲ ਪੁੱਛ ਲਿਆ, ਤੇ ਬਾਕੀ ਇੱਕ ਵੀਡੀਓ ਮਜ਼ੀਦ ਬਣਾਉਣੀ ਹੈਗੀ ਆਪਣੇ ਵਾਲਦੈਨ ਦੇ ਬਾਰੇ, ਇਨਸ਼ਾ ਅੱਲਾ ਤਾਲਾ ਇੱਕ ਦੋ ਦਿਨਾਂ ਤੱਕ ਉਹ ਵੀ ਆ ਜਾਵੇਗੀ, ਤੇ ਹੁਣ ਜਿਹੜਾ ਨਾ ਦਿਓ ਇਜਾਜ਼ਤ, ਅੱਲਾ ਨਿਗਹਿਬਾਨ, ਅੱਲਾ ਹਾਫਿਜ਼, ਖੁਦਾ ਹਾਫਿਜ਼।